ਹਲੇਲੂਇਆ 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 ਅਸੀਂ ਖੁਦਾ ਦਾ ਸ਼ੁਕਰਗੁਜ਼ਾਰੀ ਕਰਾਂਗੇ ਕਿ ਪ੍ਰਭੂ ਨੇ ਅੱਜ ਸਾਨੂੰ ਸਾਰਿਆਂ ਨੂੰ ਇੱਥੇ ਇਕੱਠੇ ਆਉਣ ਦੇ ਲਈ ਮੌਕਾ ਦਿੱਤਾ। ਜਦੋਂ ਮੈਂ ਇੱਥੇ ਇਸ ਵਕਤ ਹਾਜ਼ਰ ਲੋਕਾਂ ਨੂੰ ਦੇਖਦਾ ਹਾਂ, ਉਸ ਵਕਤ ਪ੍ਰਭੂ ਦਾ ਵਚਨ ਜੋ ਸਾਨੂੰ ਮਿਲਦਾ ਹੈ ਉਹ ਇਹ ਹੈ, ਪਹਿਲਾ ਪਤਰਸ ਉਸਦਾ ਪਹਿਲਾ ਬਾਪ ਉਸਦਾ ਸੱਤਵਾਂ ਐਤ ਅਸੀਂ ਪੜ੍ਹਾਂਗੇ ਅਤੇ ਸੁਣਾਂਗੇ। ਉਹਨਾਂ ਦਾ ਵੀ ਇੱਕ ਉਦੇਸ਼ ਹੈ, ਇਹਨਾਂ ਦੇ ਦੁਆਰਾ ਤੁਹਾਡੇ ਸੱਚੇ ਵਿਸ਼ਵਾਸ ਦਾ ਸਬੂਤ ਮਿਲਦਾ ਹੈ, ਇੱਥੋਂ ਤੱਕ ਕਿ ਨਾਸ਼ ਹੋ ਜਾਣ ਵਾਲਾ ਸੋਨਾ ਵੀ ਅੱਗ ਦੇ ਦੁਆਰਾ ਪਰਖਿਆ ਜਾਂਦਾ ਹੈ। ਇਸ ਲਈ ਤੁਹਾਡਾ ਵਿਸ਼ਵਾਸ ਜੋ ਉਸ ਤੋਂ ਕਿਤੇ ਅਧਿਕ ਬਹੁਮੁੱਲਾ ਹੈ, ਉਸਦਾ ਵੀ ਪਰਖਿਆ ਜਾਣਾ ਜ਼ਰੂਰੀ ਹੈ। ਹਾਲੇਲੂਇਆ ਹਾਲੇਲੂਇਆ ਇਸ ਵਚਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਸਾਡਾ ਵਿਸ਼ਵਾਸ ਸੋਨੇ ਤੋਂ ਵੀ ਅਧਿਕ ਬਹੁਮੁੱਲਾ ਹੈ। ਜੇਕਰ ਅੱਜ ਅਸੀਂ ਇੱਥੇ ਹਾਜ਼ਰ ਹਾਂ, ਉਹ ਸਾਡਾ ਵਿਸ਼ਵਾਸ ਦੇ ਕਰਕੇ ਹੈ। ਸਾਡਾ ਵਿਸ਼ਵਾਸ ਕੀ ਹੈ ਕਿ ਮੱਛੀਆਂ ਖੁਰਦ ਪ੍ਰਾਰਥਨਾ ਭਵਨ ਦੀ ਜਾਗਰਣ ਦੀ ਪ੍ਰਾਰਥਨਾ ਦੇ ਵਿੱਚ ਪ੍ਰਭੂ ਯਿਸੂ ਮਸੀਹ ਹਾਜ਼ਰ ਹੈ, ਇਹ ਸਾਡਾ ਵਿਸ਼ਵਾਸ ਹੈ। ਇੱਥੇ ਜੋ ਵੀ ਆ ਕੇ ਦੁਆ ਕਰਦੇ ਹਨ, ਉਹਨਾਂ ਦੀਆਂ ਦੁਆਵਾਂ ਪ੍ਰਭੂ ਕਬੂਲ ਕਰਦਾ ਹੈ ਅਤੇ ਉਹਨਾਂ ਨੂੰ ਆਸਿਸ ਦਿੰਦਾ ਹੈ, ਇਹ ਸਾਡਾ ਵਿਸ਼ਵਾਸ ਹੈ। ਜਿਹੜੇ ਵੀ ਲੋਕ ਇੱਥੇ ਆਉਣਗੇ ਅਤੇ ਖੁਦਾ ਦਾ ਕਲਾਮ ਸੁਣਨਗੇ, ਉਹਨਾਂ ਦੀ ਜ਼ਿੰਦਗੀ ਬਦਲ ਜਾਂਦਾ ਹੈ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਿਵਰਤਨ ਆਉਂਦਾ ਹੈ, ਇਹ ਸਾਡਾ ਵਿਸ਼ਵਾਸ ਹੈ। ਜੋ ਵੀ ਇੱਥੇ ਆ ਕੇ ਪ੍ਰਾਰਥਨਾਵਾਂ ਦੇ ਵਿੱਚ, ਗੀਤ ਭਜਨਾਂ ਦੇ ਵਿੱਚ, ਪਵਿੱਤਰ ਵਚਨ ਸੁਣਨ ਦੇ ਵਿੱਚ ਭਾਗ ਲੈਂਦੇ ਹਨ, ਉਹਨਾਂ ਦੇ ਲਈ ਪ੍ਰਭੂ ਪਰਮੇਸ਼ਰ ਨਵੀਂ ਜ਼ਿੰਦਗੀ ਦਿੰਦਾ ਹੈ, ਇਹ ਵੀ ਸਾਡਾ ਵਿਸ਼ਵਾਸ ਹੈ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ, ਤੁਹਾਨੂੰ ਇਹਨਾਂ ਗੱਲਾਂ ਦੇ ਉੱਤੇ ਵਿਸ਼ਵਾਸ ਹੈ? ਤੁਹਾਡਾ ਵਿਸ਼ਵਾਸ ਮਜ਼ਬੂਤ ਹੈ? ਤੁਹਾਡਾ ਵਿਸ਼ਵਾਸ ਦਾ ਸਬੂਤ ਤੁਹਾਡੀ ਹਜ਼ੂਰੀ ਮੈਂ ਸਮਝ ਸਕਦਾ ਹਾਂ, ਇਹ ਕਿ ਨਹੀਂ? ਜੇਕਰ ਤੁਹਾਡਾ ਵਿਸ਼ਵਾਸ ਮਜ਼ਬੂਤ ਹੈ, ਦੋਨੋਂ ਹੱਥ ਉੱਪਰ ਕਰਕੇ ਦਿਖਾਓ ਔਰ ਤਾਲੀ ਵਜਾਓ। ਹਾਲੇਲੂਇਆ 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 ਹਾਲੇਲੂਇਆ। ਸੋ ਸਭ ਤੋਂ ਪਹਿਲੀ ਗੱਲ ਮੈਂ ਅੱਜ ਤੁਹਾਨੂੰ ਸਮਝਾਉਣਾ ਚਾਹੁੰਦਾ ਹਾਂ, ਦੱਸਣਾ ਚਾਹੁੰਦਾ ਹਾਂ ਕਿ ਅਸੀਂ ਇੱਥੇ ਆਪਣੇ ਵਿਸ਼ਵਾਸ ਦੇ ਖਾਤਰ ਆਇਆ ਹੈ। ਪ੍ਰਭੂ ਯਿਸੂ ਮਸੀਹ ਦੇ ਉੱਤੇ ਸਾਡਾ ਵਿਸ਼ਵਾਸ, ਸਾਡਾ ਆਪਣੇ ਦੁਆ ਦੇ ਉੱਤੇ ਵਿਸ਼ਵਾਸ, ਪਵਿੱਤਰ ਵਚਨ ਦੇ ਉੱਤੇ ਵਿਸ਼ਵਾਸ, ਇਸੇ ਕਰਕੇ ਅਸੀਂ ਆਪਣਾ ਘਰ ਛੱਡ ਕੇ ਸਾਰੇ ਕੰਮਾਂ ਤੋਂ ਵੇਲ ਪਾ ਕੇ ਇੱਥੇ ਖੁਦਾ ਦੀ ਹਜ਼ੂਰੀ ਦੇ ਵਿੱਚ ਆਏਗਾ। ਇਹ ਵਚਨ ਸਾਨੂੰ ਪਹਿਲਾ ਪਤਰਸ ਪਹਿਲਾ ਬਾਪ ਦਾ ਸੱਤਵਾਂ ਐਤ ਵਿੱਚ ਮਿਲਦਾ ਹੈ ਕਿ ਸਾਡਾ ਵਿਸ਼ਵਾਸ ਸੋਨੇ ਤੋਂ ਵੀ ਕਿਤੇ ਅਧਿਕ ਬਹੁਮੁੱਲਾ ਹੈ। ਹਾਲੇਲੂਇਆ 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 ਹਾਲੇਲੂਇਆ। ਇਸ ਲਈ ਆਓ ਅਸੀਂ ਪ੍ਰਭੂ ਦਾ ਮਹਿਮਾ ਕਰੀਏ। ਜੈ ਜੈ ਯੇਸੂ ਜੈ ਜੈ ਨਾਮ, 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 ਚੰਗਾ ਕਰਦਾ ਯੇਸੂ ਨਾਮ, ਯੇਸੂ ਨਾਮ, ਯੇਸੂ ਨਾਮ, ਚੰਗਾ ਕਰਦਾ ਯੇਸੂ ਨਾਮ, ਚੰਗਾ ਕਰਦਾ ਯੇਸੂ ਨਾਮ, ਯੇਸੂ ਨਾਮ, ਯੇਸੂ ਨਾਮ, ਚੰਗਾ ਕਰਦਾ ਯੇਸੂ ਨਾਮ, ਯੇਸੂ ਨਾਮ, ਯੇਸੂ ਨਾਮ, ਜੈ ਜੈ ਯੇਸੂ ਜੈ ਜੈ 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 ਨਾਮ। ਹਾਲੇਲੂਇਆ 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 ਹਾਲੇਲੂਇਆ। ਰੋਮੀਆਂ ਦੇ ਪੱਤਰ 8 ਬਾਬ ਉਸਦਾ 28 ਐਤ ਅਸੀਂ ਪੜ੍ਹਾਂਗੇ
ਉਸ ਉੱਤੇ ਥੋੜਾ ਸਮਾਂ ਵਿਚਾਰ ਕਰਾਂਗੇ। ਰੋਮੇਂ ਦੇ ਪੱਤਰ 8 ਬਾਬ ਉਸ ਦਾ 28 ਸਹਿਤ। ਅਸੀਂ ਇਹ ਜਾਣਦੇ ਹਾਂ ਕਿ ਉਹ ਜਿਹੜੇ ਪਰਮੇਸ਼ਵਰ ਨੂੰ ਪਿਆਰ ਕਰਦੇ ਹਨ ਕਿ ਉਹ ਜਿਹੜੇ ਪਰਮੇਸ਼ਵਰ ਨੂੰ ਪਿਆਰ ਕਰਦੇ ਹਨ ਅਤੇ ਉਸ ਦੀ ਉਪਾਸਨਾ ਅਨੁਸਾਰ ਸੱਦੇ ਗਏ ਹਨ ਅਤੇ ਉਸ ਦੀ ਯੋਜਨਾ ਕੇ ਅਨੁਸਾਰ ਸੱਦੇ ਗਏ ਹਨ ਉਹ ਉਹਨਾਂ ਦੇ ਨਾਲ ਮਿਲ ਕੇ ਸਭ ਚੀਜ਼ਾਂ ਦੁਆਰਾ ਭਲਾਈ ਪੈਦਾ ਕਰਦੇ ਹੈ ਭਲਾਈ ਪੈਦਾ ਕਰਦੇ ਹਨ। ਹਾਲੇਲੂਯਾ 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 ਹਾਲੇਲੂਯਾ। ਸਭ ਤੋਂ ਪਹਿਲਾਂ ਇਸ ਵਚਨ ਦੇ ਵਿੱਚ ਲਿਖਾ ਹੈ ਉਹਨਾਂ ਲੋਕਾਂ ਦੇ ਲਈ ਜਿਸ ਨੂੰ ਉਹ ਪਿਆਰ ਕਰਦੇ ਹਨ ਜਿਸ ਦੇ ਲਈ ਦਿਲ ਵਿੱਚ ਪਿਆਰ ਹੈ ਸਭ ਕੁਝ ਉਹਨਾਂ ਦੇ ਲਈ ਭਲਾਈ ਦੇ ਲਈ ਪੈਦਾ ਕੀਤਾ ਜਾਵੇਗਾ। ਤੁਹਾਡਾ ਦਿਲ ਦੇ ਵਿੱਚ ਖੁਦਾ ਦੇ ਲਈ ਪਿਆਰ ਹੈ? ਜੇਕਰ ਤੁਹਾਡਾ ਦਿਲ ਦੇ ਵਿੱਚ ਖੁਦਾ ਦੇ ਲਈ ਪਿਆਰ ਹੈ ਸਭ ਕੁਝ ਤੁਹਾਡੀ ਭਲਾਈ ਦੇ ਲਈ ਪੈਦਾ ਕੀਤਾ ਜਾਵੇਗਾ। ਹੁਣ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਦਿਲ ਦੇ ਵਿੱਚ ਖੁਦਾ ਦੇ ਲਈ ਪਿਆਰ ਹੈ? ਜਿਨ੍ਹਾਂ ਦਾ ਦਿਲ ਦੇ ਵਿੱਚ ਖੁਦਾ ਦੇ ਲਈ ਪਿਆਰ ਹੈ ਇਹ ਵਚਨ ਸਾਨੂੰ ਇਹ ਸਬੂਤ ਦਿੰਦਾ ਹੈ, ਆਸ਼ਵਾਸਨ ਦਿੰਦਾ ਹੈ, ਪੱਕਾ ਵਿਸ਼ਵਾਸ ਦਵਾਉਂਦਾ ਹੈ ਕਿ ਸਭ ਕੁਝ ਸਾਡੇ ਲਈ ਭਲਾਈ ਦੇ ਲਈ ਪੈਦਾ ਕੀਤਾ ਜਾਵੇਗਾ। ਜਿਨ੍ਹਾਂ ਦਾ ਦਿਲ ਦੇ ਵਿੱਚ ਪ੍ਰਭੂ ਦੇ ਲਈ, ਪ੍ਰਭੂ ਯਿਸੂ ਮਸੀਹ ਦੇ ਲਈ ਪਿਆਰ ਹੈ, ਉਹ ਆਪਣਾ ਹੱਥ ਉੱਪਰ ਕਰੇ, ਹਿਲਾ ਕੇ, ਦੋਨੋਂ ਹੱਥ ਹਿਲਾ ਕੇ ਦਿਖਾ ਦੀਜੀਏ ਕਿ ਅਸੀਂ ਆਪਣਾ ਵਿਸ਼ਵਾਸ ਨੂੰ ਪ੍ਰਭੂ ਦੇ ਅੱਗੇ ਪ੍ਰਗਟ ਕਰ ਦੇਗਾ। ਤਾਲੀ ਬਜਾ ਕੇ ਹਾਲੇਲੂਯਾ 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 ਹਾਲੇਲੂਯਾ। ਜੈ ਜੈ ਯੇਸੂ, ਜੈ ਜੈ ਨਾਮ, 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 ਜੈ ਜੈ ਯੇਸੂ, ਜੈ ਜੈ ਨਾਮ। ਹਾਲੇਲੂਯਾ 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 ਹਾਲੇਲੂਯਾ। ਸਭ ਤੋਂ ਪਹਿਲਾਂ ਪਵਿੱਤਰ ਵਚਨ ਉਹਨਾਂ ਲੋਕਾਂ ਦੇ ਬਾਰੇ ਦੱਸਿਆ ਜਿਨ੍ਹਾਂ ਦੇ ਦਿਲ ਦੇ ਵਿੱਚ ਪ੍ਰਭੂ ਦੇ ਲਈ ਪਿਆਰ ਹੈ। ਫੋਰ ਦੋਸ ਹੂ ਲਵ ਗੋਡ, ਜਿਸ ਕਾ ਦਿਲ ਮੈਂ ਪ੍ਰਭੂ ਕੇ ਪ੍ਰਤੀ ਪਿਆਰ ਹੈ। ਦੂਸਰੀ ਬਾਤ ਇਹ ਬਤਾਇਆ ਗਿਆ ਹੈ ਜਿਹੜੇ ਲੋਕ ਪ੍ਰਭੂ ਦੇ ਆਪਣੀ ਯੋਜਨਾ ਦੇ ਮੁਤਾਬਕ ਬੁਲਾਏ ਗਏ ਹਨ। ਪ੍ਰਭੂ ਦੀ ਯੋਜਨਾ ਹੈ, ਪ੍ਰਭੂ ਮੌਕੇ 'ਤੇ ਐਵੇਂ ਕੁਛ ਨਹੀਂ ਕਰਦਾ, ਪ੍ਰਭੂ ਦਾ ਸਭ ਚੀਜ਼ਾਂ ਦੀ ਯੋਜਨਾ ਹੈ। ਜਿਸ ਤਰ੍ਹਾਂ ਜੇਕਰ ਅਸੀਂ ਇੱਕ ਘਰ ਬਣਾਉਣਾ ਹੋਵੇ ਪਹਿਲਾਂ ਅਸੀਂ ਉਸਦਾ ਪਲਾਨ ਬਣਾ ਲੈਂਦੇ ਹਾਂ, ਯੋਜਨਾ ਬਣਾ ਲੈਂਦੇ, ਪਹਿਲਾਂ ਜ਼ਮੀਨ ਦੇ ਵਿੱਚ ਜਗ੍ਹਾ ਲੱਭਣਾ ਹੈ ਕਿੱਥੇ ਅਸੀਂ ਘਰ ਬਣਾਈਏ, ਉਸਦਾ ਸਾਈਜ਼ ਕਿੰਨਾ ਹੋਣਾ ਚਾਹੀਦਾ, ਨੀਂਹ ਕਿੰਨਾ ਡੂੰਘੀ ਕਰਨਾ ਹੈ, ਕਿੰਨੇ ਕਮਰੇ ਹੋਣਾ, ਕਿੰਨੇ ਬਾਥਰੂਮ, ਕਿੰਨੇ ਬੈਡਰੂਮ, ਕਿਚਨ ਕਹਾਂ ਲਗਾਉਣਾ ਹੈ, ਇਸ ਕਾ ਸਾਰਾ ਪਲੈਨਿੰਗ ਕਰਦਾ ਹੈ। ਪਹਿਲਾਂ ਸਭ ਤੋਂ ਪਹਿਲਾਂ ਪਲੈਨਿੰਗ ਕਰਦਾ ਹੈ, ਉਹ ਸਾਰਾ ਪਲੈਨਿੰਗ ਕਰਨ ਦੇ ਬਾਅਦ ਕੰਮ ਸ਼ੁਰੂ ਕਰਦੇ ਹਾਂ। ਇਸੇ ਤਰ੍ਹਾਂ ਹਰ ਚੀਜ਼ ਦਾ ਪਲੈਨਿੰਗ ਹੁੰਦਾ ਹੈ। ਜੇਕਰ ਕੋਈ ਵਪਾਰੀ ਵਪਾਰ ਸ਼ੁਰੂ ਕਰਨਾ, ਬਿਜ਼ਨਸ ਸ਼ੁਰੂ ਕਰਨਾ ਹੈ, ਉਹ ਪਲੈਨਿੰਗ ਕਰੇਗਾ ਕਿਹੜੇ ਚੀਜ਼ ਦਾ ਬਿਜ਼ਨਸ ਕਰਨਾ ਹੈ, ਕਿਹੜਾ ਬਿਜ਼ਨਸ ਇੱਥੇ ਚੱਲੇਗਾ, ਆਸ ਪਾਸ ਕੇ ਜਿਹੜੇ ਲੋਕ ਹੈ ਉਹਨਾਂ ਦੇ ਲਈ ਕੀ ਜ਼ਰੂਰਤ ਹੈ, ਕੀ ਲੋੜ ਹੈ। ਜੇਕਰ ਮੈਂ ਇੱਕ ਦੁਕਾਨ ਖੋਲ੍ਹਾਂ, ਲੋਕ ਕਿੱਥੋਂ ਆਵੇਗਾ, ਜਿਹੜੇ ਲੋਕ ਆਵੇਗਾ ਉਹਨਾਂ ਦਾ ਕੀ ਲੋੜ ਹੈ। ਜੇਕਰ ਅਸੀਂ ਇਹਨਾਂ ਗੱਲਾਂ ਦੇ ਬਾਰੇ ਕੋਈ ਸਟੱਡੀ ਨਹੀਂ ਕੀਤੀ ਤਾਂ ਬਿਜ਼ਨਸ ਵੈਸੇ ਸ਼ੁਰੂ ਕਰ ਦਿਆ, ਫੇਲ ਹੋ ਜਾਏਗਾ, ਬਿਜ਼ਨਸ ਫੇਲ ਹੋ ਜਾਏਗਾ। ਇਸ ਲਈ ਪਲੈਨਿੰਗ ਕਰਨਾ ਜ਼ਰੂਰੀ ਹੈ। ਹੋ ਸਕਦਾ ਹੈ ਕਈ ਵਾਰੀ ਸਾਡੇ ਸੰਗਤ ਵਿੱਚ ਇਸੇ ਤਰ੍ਹਾਂ ਦੇ ਲੋਕ ਬੈਠੇ ਹੋਣਗੇ ਜੋ ਆਪਣਾ ਬਿਜ਼ਨਸ ਦੇ ਵਿੱਚ, ਆਪਣੇ ਕੰਮਾਂ ਦੇ ਵਿੱਚ ਕਾਮਯਾਬ ਨਹੀਂ, ਇਸ ਲਈ ਨਹੀਂ ਹੈ ਕਿਉਂਕਿ ਉਹ ਪਲੈਨਿੰਗ ਨਹੀਂ ਕੀਤੀ। ਕਈ ਲੋਕ ਬਾਹਰ ਜਾਣ ਦੇ ਬਾਰੇ ਸੋਚਦੇ ਹਨ, ਵੈਸੇ ਅਸੀਂ ਇੱਕ ਦਿਨ ਟਿਕਟ ਖਰੀਦ ਕੇ ਬਾਹਰ ਜਾ ਨਹੀਂ ਸਕਦਾ, ਉਸਦੇ ਲਈ ਪਲੈਨਿੰਗ ਕਰਨਾ ਪੜਦਾ ਹੈ, ਤਿਆਰੀ ਹੈ, ਪਾਸਪੋਰਟ ਬਣਾਉਣਾ ਹੈ ਪਹਿਲਾਂ, ਉਸਦੇ ਬਾਅਦ ਵੀਜ਼ਾ ਮਿਲਣਾ ਹੈ, ਵੀਜ਼ਾ ਮਿਲਣ ਦੇ ਲਈ ਕਾਫੀ ਡਾਕੂਮੈਂਟਸ ਤਿਆਰ ਕਰਨਾ ਹੈ। ਸੋ ਇਸੇ ਤਰ੍ਹਾਂ ਕੋਈ ਵੀ ਕੰਮ ਕਰਨਾ ਹੋਵੇ ਉਸਦਾ ਪਲੈਨਿੰਗ ਕਰਨਾ ਹੈ। ਜਦੋਂ ਅਸੀਂ ਸ਼ਾਦੀ ਕਰਨਾ ਹੈ, ਸ਼ਾਦੀ ਦੇ ਪ੍ਰੋਗਰਾਮ ਦੇ ਵਿੱਚ ਵੀ ਕਾਫੀ ਤਿਆਰੀਆਂ ਕਰਨਾ ਪੜਦਾ ਹੈ। ਟੈਂਟ ਦਾ ਕੰਮ ਕੌਣ ਕਰੇਗਾ, ਖਾਣੇ ਦਾ ਪ੍ਰਬੰਧ ਕੌਣ ਕਰੇਗਾ,
मेहमानों को इनविटेशन देना है, सद्दा देना है, वो कौन करेगा? इनविटेशन कार्ड का प्रिंटिंग कौन करे? अलग अलग बंदे तो ड्यूटी लगाना पड़ता है। इसी तरह खुदा का एक योजना होता है, हर चीज़ के लिए प्रभु योजना बनाता है, अपना प्लान बनाता है। वो प्लान के लिए किनू किनू चाहिए, किसका ड्यूटी लगाना है, प्रभु बना लेंदा। तो अज जेकर तुसी इत्थे हाजर है, अज दा इस जागरण दे विच जेकर तुसी इत्थे हाजर हो, या तुसी इस वक्त प्रार्थना भवन टीवी दे राही अपना घर विच बैठ कर इस जागरण प्रार्थना दे विच तुसी बैठे हो, भाग लेंदे हो, विश्वास करो वो सब प्रभु दा योजना दे मुताबक है। प्रभु ये वचन कहता है रोमियों के पत्र 8 बाब उसका 28 विच लिखा है, जो लोग प्रभु की योजना के मुताबिक बुलाया गया है उन्होंने लिए भी सब कुछ भलाई दे विच पैदा होगा, उत्पन्न होगा। हालेलुया 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 हालेलुया। कई बारी साड़ी नजरां दे विच सानू ऐसा लगेगा कि काम खराब हो गया, काम खराब हो गया, पर जेकर असी सारे प्रभु दी योजना दे मुताबिक बुलाया गया है तो फिर साडे ले कोई कम खराब नहीं हुंदा, क्योंकि खराबी दे विचों भी भलाई पैदा करने वाला है साडा प्रभु यीशु मसीह। हालेलुया 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 हालेलुया। जेकर इस वक्त साडा संगत विच कोई बैठा है ये सोचकर वो कम खराब हो गया, मेरी बेटी दी शादी उस मुंडे दे नाल करवाया हुन तो सारा कुछ खराब हो गया, जेकर तुसी अज इत्थे बैठे हो प्रभु दी योजना दे मुताबक बुलाया गए हो तो फिर मैं तुहानू ये दसना चाहुंदा तुहाडे लई कोई खराब नहीं हुआ है। जो भी चीज तुहाडे नजरां दे विच खराब हो गया लग रहा है, समझो उस दे विचों भी प्रभु तुहाडे लई भलाई पैदा कर सकता है। हालेलुया 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 हालेलुया। इसलिए खुशी नाल बैठना, फिक्र करने की कोई लोड़ नहीं है। जिस चीज के बारे तुसी सोचा कि मेरे वो कम खराब हो गया, ये बिजनेस खराब हो गया, बाहर जाने का जो प्रोग्राम बनाया था वो भी खराब हो गया, बेटी की शादी के बारे जेड़ा भी अर्जी की वो सब खराब हो गया, लड़के का पढ़ाई, कोई भी चीज के बारे तुसी ये खराब होने के बारे फिक्र करने की लोड़ नहीं है। पवित्र वचन सानू दसदा है जो भी खुदा दी योजना के मुताबिक बुलाया गया है उन्होंने लिए सब कुछ भलाई होगा। हालेलुया 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 हालेलुया। जय जय यीशु जय जय नाम, जय जय यीशु जय जय नाम, जय यीशु जय जय नाम, जय 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 जय यीशु जय जय नाम। हालेलुया हालेलुया। जदों भी असी गाना गावांगे चंगी तरह ताली बजा के असी गाना गावांगे तां जो असी अपना तन मन दे नाल प्रभु दे नाल प्रभु दे आत्मा दे नाल जुड़े रहे। साडा शरीर दे अंदर एक आत्मा है, हर एक दे अंदर, मेरे अंदर भी एक आत्मा है, तुहाडा भी अंदर एक आत्मा है। जदों असी ताली बजा के तन मन दे नाल प्रभु की आराधना करांगे की हुंदा है? उस वक्त साडे अंदर जो आत्मा है वो परमात्मा दे नाल जुड़ जाएगा। हालेलुया हालेलुया जय जय यीशु जय जय नाम, 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 जय जय यीशु जय जय नाम। हालेलुया हालेलुया हालेलुया। अज जदों असी इत्थे जागरण दे विच इकट्ठे होएगा तुहाडे विच कुछ लोग आउंदे समय कुछ और लोगों नू नाल लेके आए होंगे, शायद पड़ोसी या कोई दोस्त या कोई रिश्तेदार। इसी तरह तुसी तुहाडे नाल और किसे नू नाल लेके आए होंगे, जिन्हां ने किसे नू नाल लेके आया या पिंडों गड्डी करके बाकियां नू लेके आया, सिर्फ वो लोग अपना हाथ ऊपर करें जिन्हें नाल
ਲੈ ਕੇ ਆ ਲੈ ਕੇ ਆਇਆ ਹੈ ਸਿਰਫ ਉਹ ਲੋਕ ਖੜੇ ਹੋ ਜਾਈਏ ਜਿਹੜੇ ਲੋਕ ਖੜੇ ਹੋ ਜਿਹੜੇ ਹੱਥ ਉੱਪਰ ਕੀਤਾ ਸਿਰਫ ਉਹ ਜਿਹੜਾ ਹੱਥ ਉੱਪਰ ਕੀਤਾ ਹੈ ਜਿਨ੍ਹਾਂ ਨੇ ਲੋਕਾਂ ਨੂੰ ਲੈ ਕੇ ਆਇਆ ਹੈ ਸੰਗਤ ਲੈ ਕੇ ਆਇਆ ਹੈ ਜੋ ਲੋਕ ਸੰਗਤ ਲੈ ਕੇ ਆਇਆ ਹੈ ਸਿਰਫ ਉਹ ਖੜੇ ਹੋ ਜਾਈਏ ਜੋ ਵੀ ਅੱਜ ਤੁਸੀਂ ਇਸ ਵਕਤ ਸਾਡੇ ਸਾਹਮਣੇ ਖੜੇ ਹਨ ਸੰਗਤ ਲੈ ਕੇ ਆਏ ਕਿਉਂ ਇਹ ਲੋਕਾਂ ਨੂੰ ਖੁਦਾ ਨੇ ਇਹ ਪ੍ਰੇਰਣਾ ਦਿੱਤਾ ਕਿ ਉਹ ਲੋਕਾਂ ਨੂੰ ਲੈ ਕੇ ਆਵੇ ਕਿਉਂਕਿ ਉਹ ਖੁਦਾ ਦੀ ਆਪਣੀ ਯੋਜਨਾ ਦੇ ਕਰਕੇ ਹੈ ਪਿਛਲੇ ਵਾਰੀ ਜਦੋਂ ਮੈਂ ਪ੍ਰਚਾਰ ਕੀਤਾ ਪਟਿਆਲਾ ਹਲਕੇ ਤੋਂ ਇੱਕ ਲੜਕਾ ਇੱਕ ਬੰਦਾ ਜਿਸਨੇ ਇੱਥੇ ਆ ਕੇ ਪ੍ਰਾਰਥਨਾ ਕਰਨ ਦੇ ਬਾਅਦ ਬਰਕਤ ਮਿਲਿਆ ਫਿਰ ਉਸਨੇ ਆਪਣਾ ਹਲਕੇ ਤੋਂ ਗੱਡੀ ਕਰਕੇ ਸੰਗਤ ਲੈ ਕੇ ਆਇਆ ਸੀ ਉਸਦੇ ਬਾਅਦ ਵੀ ਉਸਨੂੰ ਬਹੁਤ ਸਾਰੀਆਂ ਬਰਕਤਾਂ ਮਿਲ ਗਈਆਂ ਸੋ ਇੱਕ ਬੰਦੇ ਨੂੰ ਬਰਕਤ ਦੇਣ ਦੇ ਲਈ ਪ੍ਰਭੂ ਕੀ ਕਰਦਾ ਹੈ ਉਸਦੇ ਅੰਦਰ ਪ੍ਰੇਰਣਾ ਦਿੰਦਾ ਹੈ ਬੇਟਾ ਤੁਸੀਂ ਅੱਜੇ ਕੁਝ ਲੋਕਾਂ ਨੂੰ ਲੈ ਕੇ ਆਓ ਕੋਲੋਂ ਪੈਸਾ ਖਰਚ ਕਰਕੇ ਗੱਡੀ ਕਰਕੇ ਉਹ ਸੰਗਤ ਲੈ ਕੇ ਆਇਆ ਉਸਦਾ ਨਤੀਜਾ ਫਿਰ ਇਹ ਨਿਕਲਾ ਉਸਨੂੰ ਬਹੁਤ ਸਾਰੀਆਂ ਬਰਕਤਾਂ ਉਸਨੂੰ ਉਸਦੇ ਕੰਮਾਂ ਦੇ ਵਿੱਚ ਉਸਦੇ ਪਰਿਵਾਰ ਦੇ ਵਿੱਚ ਮਿਲ ਗਿਆ ਅੱਜ ਤੁਸੀਂ ਸੰਗਤ ਲੈ ਕੇ ਆਇਆ ਕਿਉਂਕਿ ਤੁਹਾਨੂੰ ਖੁਦਾ ਵੱਲੋਂ ਪ੍ਰੇਰਣਾ ਮਿਲ ਗਿਆ ਸ਼ੈਤਾਨ ਤੋਂ ਇਹ ਕੰਮ ਨਹੀਂ ਕਰੇਗਾ ਖੁਦਾ ਨੇ ਖੁਦਾ ਦੀ ਆਤਮਾ ਤੁਹਾਡੇ ਅੰਦਰ ਤੁਹਾਨੂੰ ਇਹ ਪ੍ਰੇਰਣਾ ਦਿੱਤਾ ਕਿ ਸੰਗਤ ਲੈ ਕੇ ਆਓ ਔਰ ਲੋਕਾਂ ਨੂੰ ਲੈ ਕੇ ਜਾਓ ਇਹ ਪ੍ਰਭੂ ਦੀ ਯੋਜਨਾ ਦੇ ਮੁਤਾਬਕ ਕੀ ਯੋਜਨਾ ਹੈ ਤੁਹਾਨੂੰ ਔਰ ਵੀ ਬਰਕਤ ਮਿਲਣ ਵਾਲੇ ਹਨ ਇਸ ਲਈ ਪ੍ਰਭੂ ਦਾ ਧੰਨਵਾਦ ਕਰੋ ਪ੍ਰਭੂ ਦਾ ਧੰਨਵਾਦ ਕਰੋ ਹੇ ਪ੍ਰਭੂ ਤੁਹਾਨੂੰ ਮੈਨੂੰ ਇਹ ਸੰਦੇਸ਼ ਦਿੱਤਾ ਇਹ ਪ੍ਰੇਰਣਾ ਦਿੱਤਾ ਕਿ ਮੈਂ ਲੋਕਾਂ ਨੂੰ ਲੈ ਕੇ ਆਵਾਂ ਤਾਂ ਜੋ ਉਸਦੇ ਰਾਹੀਂ ਮੈਨੂੰ ਅਤੇ ਮੇਰਾ ਪਰਿਵਾਰ ਨੂੰ ਆਸ਼ੀਸ਼ ਮਿਲੇ ਸਾਰੇ ਤਾਲੀ ਵਜਾ ਕੇ ਪ੍ਰਭੂ ਦਾ ਧੰਨਵਾਦ ਕਰਾਂਗੇ ਹਾਲੇਲੂਯਾ 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 ਜੈ ਜੈ ਯੇਸੂ ਜੈ ਜੈ ਨਾਮ 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 ਹਾਲੇਲੂਯਾ 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 ਮੈਂ ਇਹ ਕਿਹਾ ਕਿ ਅੱਜ ਜੋ ਵੀ ਇੱਥੇ ਹਾਜ਼ਰ ਹੈ ਅੱਜ ਜਦੋਂ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਸਾਰੇ ਖੁਦਾ ਦੀ ਯੋਜਨਾ ਦੇ ਵਿੱਚ ਇੱਥੇ ਹਾਜ਼ਰ ਹਾਂ ਤੇ ਫਿਰ ਸਭ ਕੁਝ ਸਾਡੇ ਭਲਾਈ ਦੇ ਲਈ ਪ੍ਰਭੂ ਪੈਦਾ ਕਰੇਗਾ ਤਾਂ ਇਹ ਆਸ ਰੱਖ ਕੇ ਬੈਠਣਾ ਹੈ ਮੇਰਾ ਸਥਿਤੀ ਮੇਰਾ ਹਾਲਤ ਬਦਲ ਜਾਵੇਗਾ ਬਿਮਾਰੀ ਦਾ ਹਾਲਤ ਬਦਲ ਜਾਵੇਗਾ ਅੱਜ 3 ਘੰਟੇ ਪਹਿਲੇ ਸਾਡਾ ਇੱਕ ਭਰਾ ਮੈਨੂੰ ਫੋਨ ਕੀਤਾ ਅਤੇ ਕੀ ਆ ਬਿਸ਼ਪ ਜੀ ਮੈਂ ਜਾਗਰਣ ਦੇ ਵਿੱਚ ਆਉਣਾ ਚਾਹੁੰਦਾ ਸੀ ਪਰ ਮੈਂ ਬਿਮਾਰ ਹੋ ਗਿਆ ਅਤੇ ਮੇਰੇ ਕੋਲ ਪੈਸਾ ਵੀ ਨਹੀਂ ਹੈ ਮੈਂ ਬਿਮਾਰ ਹਾਂ ਅਤੇ ਇੱਥੇ ਜਾਗਰਣ ਦੇ ਵਿੱਚ ਆਉਣ ਦੇ ਲਈ ਮੇਰੇ ਕੋਲ ਪੈਸਾ ਨਹੀਂ ਹੈ ਕੀ ਪਤਾ ਇਸੇ ਤਰ੍ਹਾਂ ਕਿਤਨੇ ਲੋਕ ਰਹਿ ਗਏ ਹੋਣਗੇ ਪਰ ਖੁਦਾ ਦੀ ਯੋਜਨਾ ਦੇ ਮੁਤਾਬਕ ਤੁਸੀਂ ਅਤੇ ਮੈਂ ਅਸੀਂ ਸਾਰੇ ਇੱਥੇ ਆਇਆ ਇਹ ਪ੍ਰਭੂ ਦੀ ਮਿਹਰਬਾਨੀ ਹੈ ਤਾਂ ਮਤਲਬ ਸਾਡੇ ਉੱਤੇ ਖੁਦਾ ਦੀ ਆਸ਼ੀਸ਼ ਆਉਣਾ ਸ਼ੁਰੂ ਹੋ ਗਿਆ ਹੈ ਪਵਿੱਤਰ ਕਲਾਮ ਦੀ ਆਵਾਜ਼ ਜਦੋਂ ਸਾਡੇ ਕੰਨਾਂ ਦੇ ਵਿੱਚ ਗੂੰਜ ਉੱਠੇਗਾ ਆਤਮਾ ਪ੍ਰੇਰਿਤ ਹੋਗਾ ਖੁਦਾ ਦੀ ਆਤਮਾ ਜਦੋਂ ਸਾਡੇ ਅੰਦਰ ਕੰਮ ਕਰਨਾ ਸ਼ੁਰੂ ਕਰੇਗਾ ਬਿਮਾਰੀ ਦੂਰ ਹੋ ਜਾਏਗਾ ਸਾਡੀ ਜ਼ਿੰਦਗੀ ਦੀ ਹਾਲਤ ਬਦਲ ਜਾਏਗਾ ਆਪਣੇ ਆਪ ਬਦਲ ਜਾਏਗਾ ਸਾਨੂੰ ਕੁਛ ਕਰਨ ਦੀ ਲੋੜ ਨਹੀਂ ਹੈ ਅਸੀਂ ਸਿਰਫ ਕੀ ਕਰਨਾ ਚਾਹੀਦਾ ਸੰਗਤ ਵਿੱਚ ਬੈਠ ਕਰ ਕਲਾਮ ਸੁਣਨਾ ਗੀਤ ਭਜਨਾਂ ਦੇ ਵਿੱਚ ਭਾਗ ਲੈਣਾ ਪ੍ਰਭੂ ਆਪਣੀ ਸ਼ਕਤੀ ਦੇ ਨਾਲ ਆਤਮਾ ਦੀ ਸ਼ਕਤੀ ਦੇ ਨਾਲ ਸਾਡੀ ਜ਼ਿੰਦਗੀ ਦੀ ਹਾਲਤ ਨੂੰ ਬਦਲੇਗਾ ਹਾਲੇਲੂਯਾ 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 ਇੱਕ ਵਾਰੀ ਇਸੇ ਤਰ੍ਹਾਂ ਜਾਗਰਣ ਪ੍ਰਾਰਥਨਾ ਦੇ ਬਾਅਦ ਬਟਾਲੇ ਦੇ ਲਾਗੇ ਇੱਕ ਪਿੰਡ ਹੈ ਜਿੱਥੇ ਅਸੀਂ ਇੱਕ ਚਰਚ ਬਣਾਇਆ ਸੀ ਉਸਦਾ ਬਰਕਤ ਅਤੇ ਉਦਘਾਟਨ ਕਰਨ ਦੇ ਲਈ ਮੈਂ ਗਿਆ ਸ਼ਾਮ ਦਾ ਵੇਲਾ ਸੀਗਾ ਉਹ ਪ੍ਰਾਰਥਨਾ ਦੇ ਬਾਅਦ ਪਾਕਮਾਸ ਦੀ ਕੁਰਬਾਨੀ ਚੜਾਇਆ ਉਸਦੇ ਬਾਅਦ ਜਦੋਂ ਸਾਈਡ ਡੋਰ ਥਾਣੀ ਜਦੋਂ ਮੈਂ ਬਾਹਰ ਨਿਕਲਾ ਇੱਕ ਲੜਕੀ ਮੇਰੇ ਕੋਲ ਆ ਕੇ ਕੀਆ ਬਿਸ਼ਪ ਜੀ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਮੱਛੀ ਅੰਕੁਰ ਦੇ ਜਾਗਰਣ ਦੇ ਵਿੱਚ ਮੈਂ ਵੀ ਹਾਜ਼ਰ ਸੀ ਮੈਂ ਤੁਹਾਡਾ ਧੰਨਵਾਦ ਕਰਨ ਲਈ ਆਇਆ ਮੈਂ ਪੁੱਛਿਆ ਕੀ ਗੱਲ ਹੋ ਗਿਆ ਤੁਸੀਂ ਉੱਤੇ ਸੰਦੇਸ਼ ਵਿੱਚ ਕਿਹਾ ਸੀ ਕਿ ਕੁਝ ਲੋਕਾਂ ਦੇ ਲਈ ਪ੍ਰਭੂ ਵੀਜ਼ਾ ਤਿਆਰ ਕਰ ਰਿਹਾ ਹੈ ਬਾਹਰ ਜਾਣ ਦੇ ਲਈ ਬਿਸ਼ਪ ਜੀ ਉਹ ਮੇਰੇ ਲਈ ਹੈ
ਕਿਉਂਕਿ ਸ਼ੁੱਕਰਵਾਰ ਵਾਲੇ ਦਿਨ ਰਾਤ ਨੂੰ ਜਾਗਰਨ ਦੇ ਸਮੇਂ ਤੁਸੀਂ ਅਨਾਊਂਸ ਕੀਤਾ ਸੀ ਅਤੇ ਪਰਸੋਂ ਮਤਲਬ ਦੋ ਦਿਨ ਪਹਿਲਾਂ ਮੰਗਲਵਾਰ ਜਾਂ ਬੁੱਧਵਾਰ ਉਸਨੂੰ ਅਤੇ ਉਸਦਾ ਭਰਾ ਨੂੰ ਜੋ ਕੈਨੇਡਾ ਦੀ ਸਟੱਡੀ ਵੀਜ਼ਾ ਦੇ ਲਈ ਅਪਲਾਈ ਕੀਤੀ ਸੀ ਉਹਨਾਂ ਨੂੰ ਉਹ ਮਿਲ ਗਿਆ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇੱਥੇ ਬੈਠੋ, ਇੱਥੇ ਜੋ ਵੀ ਹੋ ਰਿਹਾ ਹੈ ਇਸ ਦੇ ਵਿੱਚ ਤੁਸੀਂ ਰਹੋ, ਤੁਹਾਨੂੰ ਫਾਇਦਾ ਮਿਲੇਗਾ, ਤੁਹਾਨੂੰ ਬਰਕਤ ਮਿਲੇਗਾ। ਜਿਸ ਤਰ੍ਹਾਂ ਇੱਕ ਮਾਂ ਦੀ ਖੁੱਗ ਦੇ ਵਿੱਚ ਇੱਕ ਬੱਚਾ ਹੈ, ਇੱਕ ਮਾਂ ਦੀ ਖੁੱਗ ਦੇ ਵਿੱਚ ਬੱਚਾ ਹੈ, ਉਸ ਬੱਚੇ ਦੇ ਲਈ ਜਿਉਂਦਾ ਰਹਿਣ ਦੇ ਲਈ ਉਸ ਮਾਂ ਦੇ ਖੁੱਗ ਦੇ ਵਿੱਚ ਰਹਿਣਾ ਕਾਫੀ ਹੈ। ਉਹ ਬੱਚਾ ਕੁਛ ਨਹੀਂ ਕਰਨਾ, ਉਹ ਬੱਚੇ ਦੇ ਲਈ ਕੁਛ ਕਰਨ ਦੀ ਕੋਈ ਲੋੜ ਨਹੀਂ ਹੈ, ਸਭ ਕੁਛ ਆਪਣੇ ਆਪ ਹੋਗਾ। ਇਸੇ ਤਰ੍ਹਾਂ ਸਾਡੇ ਲਈ ਇਸ ਨੂੰ ਇੱਕ ਮਾਂ ਦੀ ਖੁੱਗ ਦੀ ਤਰ੍ਹਾਂ ਤੁਸੀਂ ਸਮਝੋ, ਇੱਥੇ ਬੈਠੋ, ਬਾਕੀ ਸਭ ਗੱਲਾਂ ਪ੍ਰਭੂ ਦੀ ਆਤਮਾ ਦੇ ਰਾਹੀਂ ਤੁਹਾਡੇ ਲਈ ਹੋਵੇਗਾ। ਇਸ ਲਈ ਆਸ ਰੱਖ ਕੇ ਬੈਠਣਾ। ਜੇਕਰ ਕਿਸੇ ਦਾ ਕੰਮ ਨਹੀਂ ਚੱਲਦਾ, ਤੁਹਾਨੂੰ ਕੁਛ ਨਹੀਂ ਕਰਨਾ, ਤੁਸੀਂ ਇੱਥੇ ਬੈਠੋ, ਕਲਾਮ ਸੁਣੋ, ਪ੍ਰਾਰਥਨਾ ਕਰੋ, ਜਾਓ, ਕੰਮ ਚੱਲ ਪੜੇਗਾ। ਜੇਕਰ ਤੁਸੀਂ ਕੋਈ ਬੈਂਕ ਦੇ ਵਿੱਚ ਲੋਨ ਅਪਲਾਈ ਕੀਤੀ ਹੈ, ਜਿਹੜਾ ਵੀ ਡਾਕੂਮੈਂਟ ਉਹ ਮੰਗਿਆ ਤੁਸੀਂ ਦਿੱਤਾ, ਪਰ ਫਿਰ ਵੀ ਅੰਦ ਵਿੱਚ ਜਾ ਕੇ ਉਹ ਕਹਿੰਦਾ ਲੋਨ ਨਹੀਂ ਦੇਣਾ, ਇਸੇ ਤਰ੍ਹਾਂ ਦੇ ਰੁਕਾਵਟ ਦੇ ਕਰਕੇ ਬਹੁਤ ਕੁਛ ਕੰਮ ਤੁਹਾਡਾ ਰੁਕ ਗਿਆ ਹੈ, ਫਿਕਰ ਨਾ ਕਰੋ, ਵਿਸ਼ਵਾਸ ਦੇ ਨਾਲ ਬੈਠੋ, ਇੱਧਰ ਵਿਸ਼ਵਾਸ ਦੇ ਨਾਲ ਬੈਠੋ, ਪ੍ਰਭੂ ਬਾਕੀ ਕੰਮ ਕਰੇਗਾ। ਤੁਸੀਂ ਇੱਥੇ ਬੈਠੋ, ਕੰਮ ਪ੍ਰਭੂ ਕਰੇਗਾ। ਕਰੇਗਾ ਕਿ ਨਹੀਂ, ਕਰੇਗਾ ਕਿ ਨਹੀਂ, ਕਿਹਨੂੰ ਚ ਕਿਹਨੂੰ ਵਿਸ਼ਵਾਸ ਹੈ? ਪ੍ਰਭੂ ਕਰੇਗਾ। ਦੋਨੋਂ ਹੱਥ ਉੱਪਰ ਕਰੋ, ਵਿਸ਼ਵਾਸ ਨਾਲ ਭਰੋ, ਪ੍ਰਭੂ ਮੇਰਾ ਕੰਮ ਕਰੇਗਾ, ਪ੍ਰਭੂ ਮੇਰਾ ਕੰਮ ਕਰੇਗਾ, ਪ੍ਰਭੂ ਮੇਰਾ ਕੰਮ ਕਰੇਗਾ, ਪ੍ਰਭੂ ਮੇਰਾ ਕੰਮ ਕਰੇਗਾ। ਮੈਂ ਵਿਸ਼ਵਾਸ ਕਰਦਾ ਹਾਂ, ਮੈਂ ਵਿਸ਼ਵਾਸ ਕਰਦਾ ਹਾਂ, ਪ੍ਰਭੂ ਮੇਰਾ ਕੰਮ ਕਰੇਗਾ, ਪ੍ਰਭੂ ਮੇਰਾ ਕੰਮ ਕਰੇਗਾ, ਪ੍ਰਭੂ ਮੇਰਾ ਕੰਮ ਕਰੇਗਾ, ਪ੍ਰਭੂ ਮੇਰਾ ਕੰਮ ਕਰੇਗਾ। ਪ੍ਰਭੂ ਦੇ ਲਈ ਕੋਈ ਵੀ ਗੱਲ ਅਸੰਭਵ ਨਹੀਂ ਹੈ, ਪ੍ਰਭੂ ਦੇ ਲਈ ਕੋਈ ਵੀ ਗੱਲ ਅਸੰਭਵ ਨਹੀਂ ਹੈ, ਪ੍ਰਭੂ ਦੇ ਲਈ ਕੋਈ ਵੀ ਗੱਲ ਅਸੰਭਵ ਨਹੀਂ ਹੈ, ਪ੍ਰਭੂ ਦੇ ਲਈ ਕੋਈ ਵੀ ਗੱਲ ਅਸੰਭਵ ਨਹੀਂ ਹੈ। ਸਭ ਕੁਝ ਹੋਗਾ, ਸਭ ਕੁਝ ਹੋਗਾ, ਮੇਰੇ ਲਈ ਸਭ ਕੁਝ ਹੋਗਾ, ਮੇਰੇ ਲਈ ਸਭ ਕੁਝ ਹੋਗਾ। ਉੱਚੀ ਬੋਲੋ, ਮੇਰੇ ਲਈ ਸਭ ਕੁਝ ਹੋਗਾ, ਮੇਰੇ ਲਈ ਸਭ ਕੁਝ ਹੋਗਾ, ਸਭ ਕੁਝ ਹੋਗਾ, ਸਭ ਕੁਝ ਹੋਗਾ, 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 ਹੋਗਾ। ਜੈ ਜੈ ਯੇਸੂ, ਜੈ ਜੈ ਨਾਮ, 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 ਜੈ ਜੈ ਯੇਸੂ, ਜੈ ਜੈ ਨਾਮ। ਹਾਲੇਲੂਯਾ, 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 ਹਾਲੇਲੂਯਾ।